ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਸਾਡੇ ਕੈਂਡੀਡੇਟ ਕਰਨ ਚੌਹਾਨ। ਮੈਂ ਕਹੂੰਗਾ ਕਿ ਅੱਜ ਤੱਕ ਦੇ ਮੇਰੇ 12 ਸਾਲ ਦੇ ਕਰੀਅਰ ਦਾ ਇਹ ਮੋਸਟ ਅਵੇਟਡ ਵੀਜ਼ਾ ਹੈ ਇਹਨਾਂ ਦਾ। ਪਹਿਲਾਂ ਤਾਂ ਮੈਂ ਦੱਸ ਦਾਂ ਕਿ ਸਪਾਊਸ ਓਪਨ ਵਰਕ ਪਰਮਿਟ ਇਹਨਾਂ ਦਾ ਅਪਰੂਵ ਹੋ ਕੇ ਆਇਆ। ਇਹ ਉਹ ਵੀਜ਼ਾ ਤੁਸੀਂ ਕਹਿ ਸਕਦੇ ਹੋ ਕਿ ਜਿਹਦੀ ਸਭ ਤੋਂ ਜ਼ਿਆਦਾ ਇੱਕ ਕੈਂਡੀਡੇਟ ਦਾ ਜਿਹਦਾ ਵੀਜ਼ਾ ਆਉਣਾ ਉਹ ਤੁਹਾਡੀ ਕਰਦਾ ਹੀ ਹੁੰਦਾ। ਮੈਨੂੰ ਖੁਦ ਨੂੰ ਇਹਦੀ ਬਹੁਤ ਜ਼ਿਆਦਾ ਉਡੀਕ ਸੀ ਕਿਉਂਕਿ ਆਲਮੋਸਟ 20 ਮੰਥਸ ਦੀ ਵੇਟ ਤੋਂ ਬਾਅਦ ਕੈਂਡੀਡੇਟ ਦਾ ਵੀਜ਼ਾ ਆਇਆ। ਤੇ ਇਹਦਾ ਕੇਸ ਕਿੱਦਾਂ ਕਿੱਦਾਂ ਚੱਲਿਆ, ਕਿਹੜੀਆਂ ਕਿਹੜੀਆਂ ਚੀਜ਼ਾਂ, ਕਿੱਥੇ ਕੰਪਲੀਕੇਸ਼ਨ ਸਾਨੂੰ ਕਿਵੇਂ ਆਈਆਂ, ਉਹ ਸਾਰੀਆਂ ਚੀਜ਼ਾਂ ਡਿਟੇਲ 'ਚ ਆਪਾਂ ਕਰਨ ਤੋਂ ਪੁੱਛਾਂਗੇ। ਕਰਨ ਸਾਡੇ ਨਾਲ ਬੈਠੇ। ਮੈਂ ਸਭ ਤੋਂ ਪਹਿਲਾਂ ਦਿਖਾ ਦਾਂ ਕਿ ਆ ਕਰਨ ਦਾ ਸਟੈਂਪਡ ਪਾਸਪੋਰਟ ਹੈਗਾ, ਓਪਨ ਵਰਕ ਪਰਮਿਟ ਜਿਹੜਾ ਕਰਨ ਦਾ ਕੈਨੇਡਾ ਦਾ ਅਪਰੂਵ ਹੋ ਕੇ ਆਇਆ। ਸੋ ਕਰਨ, ਆਪਾਂ ਐਕਸਪੀਰੀਅੰਸ ਦੀ ਗੱਲ ਬਾਅਦ ਕਰਦੇ ਹਾਂ ਕਿ ਓਵਰਆਲ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਥੋੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਜਿੱਦਾਂ ਬਹੁਤ ਸਾਰੇ ਕੈਂਡੀਡੇਟ ਜਿਹੜੇ ਦੇਖਦੇ ਆ ਜਿਹਨਾਂ ਨੇ ਓਪਨ ਵਰਕ ਪਰਮਿਟ ਫਾਈਲ ਕਰਨਾ ਹੁੰਦਾ। ਸੋ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਐਨੂਅਲ ਇਨਕਮ ਕਿੰਨੀ ਸੀ, ਮਤਲਬ ਤੁਸੀਂ ਸੈਲਰੀ ਦਾ ਤੁਹਾਡਾ ਸੀਗਾ ਜਾਂ ਤੁਸੀਂ ਬਿਜ਼ਨਸ ਦਾ ਦਿਖਾਇਆ ਸੀ, ਕੀ ਦਿਖਾਇਆ ਸੀ ਤੁਸੀਂ ਪ੍ਰੋਫਾਈਲ ਦੇ ਵਿੱਚ, ਤੁਸੀਂ ਇੰਡੀਆ 'ਚ ਕੀ ਕਰਦੇ? ਮੈਂ ਜਿਵੇਂ ਲੁਧਿਆਣਾ ਜੂਟ ਦੀ ਟ੍ਰੇਨਰ ਦੀ ਫਰਮ ਸੀਗੀ ਅਤੇ ਉਹਦੇ 'ਚ ਮੈਂ ਐਜ਼ ਆ ਮੈਨੇਜਰ ਵਰਕ ਕਰਦਾ ਸੀਗਾ, ਐਜ਼ ਆ ਸੈਲਰੀ ਉਹਨਾਂ ਤੋਂ ਲੈ ਰਿਹਾ ਸੀਗਾ। ਅਤੇ ਜਿਹੜੀ ਫਰਮ ਵੀ ਸੀਗੀ ਉਹ ਵੀ ਮੇਰੇ ਫਾਦਰ ਦੀ ਹੀ ਸ਼ੋਪ ਫਰਮ ਸੀਗੀ, ਉਹਨਾਂ ਦਾ ਬਿਜ਼ਨਸ ਸੀ। ਮੈਂ ਉਹਦੇ 'ਚ ਐਜ਼ ਆ ਜੋਬ ਕਰਦਾ ਸੀਗਾ ਪਿਛਲੇ 3 ਸਾਲ ਤੋਂ, ਅਤੇ ਮੇਰੀ ਉਹਦੇ 'ਚ 20,000 ਸੈਲਰੀ ਆਉਂਦੀ ਸੀਗੀ ਅਤੇ 20,000 ਮੰਥਲੀ ਸੈਲਰੀ ਕਰਨ ਦੀ ਆਉਂਦੀ ਸੀ ਅਕਾਊਂਟ ਦੇ ਵਿੱਚ, ਇਹਨਾਂ ਦੀ ਸੈਲਰੀ ਆ ਰਹੀ ਸੀ। ਬਹੁਤ ਸਾਰੇ ਕੈਂਡੀਡੇਟ ਇੱਦਾਂ ਦੇ ਹੁੰਦੇ ਆ ਕਿ ਜਿਹੜੇ ਆਪਣੇ ਹੀ ਫੈਮਿਲੀ ਮੈਂਬਰ ਜਾਂ ਆਪਣੀ ਉਹਨਾਂ ਦੀ ਫਰਮ ਹੁੰਦੀ ਹੈ ਜਿਹਦੇ 'ਚ ਉਹਨਾਂ ਦੇ ਫਾਦਰ ਪ੍ਰੋਪਰਾਈਟਰ ਹੋ ਸਕਦੇ ਆ ਜਾਂ ਬ੍ਰਦਰ ਸਿਸਟਰ ਪ੍ਰੋਪਰਾਈਟਰ ਹੋ ਸਕਦੇ ਆ, ਤਾਂ ਉੱਥੇ ਸਟੂਡੈਂਟ ਦਾ ਇੱਕ ਵੱਡਾ ਕੁਐਸਚਨ ਹੁੰਦਾ ਹੈ ਕਿ ਜੇ ਸਾਡੀ ਆਪਣੀ ਘਰ ਦੀ ਫਰਮ ਹੈ, ਮਤਲਬ ਉਹਦੇ ਓਨਰ ਉਹਨਾਂ ਦੇ ਫਾਦਰ ਹੈ ਬ੍ਰਦਰ ਹੈ, ਕੀ ਉਹਦੇ 'ਚ ਜੋਬ ਕਰਦੇ ਹੋਏ ਅਗਰ ਦਿਖਾਉਣਗੇ ਤਾਂ ਵੈਸੇ ਨੂੰ ਇਸ ਚੀਜ਼ 'ਤੇ ਡਾਊਟ ਨਹੀਂ ਹੋਊਗਾ, ਪਰੂਫ ਤੁਹਾਡੇ ਸਾਹਮਣੇ ਕਿ ਇਹਨਾਂ ਦੀ ਆਪਣੀ ਫਰਮ ਦੇ ਵਿੱਚ ਇਹ ਕੰਮ ਕਰਦੇ ਸੀ। ਇਹ ਇਹ ਚੀਜ਼ ਕੋਈ ਕੋਈ ਰੂਲ ਨਹੀਂ ਹੈ ਕਿ ਆਪਣੀ ਫਰਮ ਦੇ ਵਿੱਚ ਤੁਸੀਂ ਕੰਮ ਨਹੀਂ ਕਰ ਸਕਦੇ ਜਾਂ ਐਜ਼ ਏ ਇੰਪਲੋਈ ਨਹੀਂ ਤੁਸੀਂ ਦਿਖਾ ਸਕਦੇ। ਜੇ ਤੁਸੀਂ ਜੈਨੂਅਨਲੀ ਕੰਮ ਕਰ ਰਹੇ ਹੋ ਤਾਂ ਤੁਸੀਂ ਉਹ ਦਿਖਾ ਸਕਦੇ ਹੋ। 20,000 ਤੁਹਾਡੀ ਜਿਹੜੀ ਮੰਥਲੀ ਉਹ ਸੈਲਰੀ ਉਹਦੇ 'ਚ ਪੈ ਰਹੀ ਸੀ, ਅਤੇ ਤੁਹਾਡੀ ਇਨਕਮ ਟੈਕਸ ਰਿਟਰਨ ਤੁਸੀਂ ਕਿੰਨੇ ਦੀ ਭਰਦੇ ਹੋ ਵੈਸੇ? ਮੇਰੀ ਲਾਸਟ ਈਅਰ ਦੀ ਇਸ ਤੋਂ ਪਿਛਲੇ ਸਾਲ 495 ਦੀ ਸੀਗੀ ਅਤੇ ਇਸ ਸਾਲ ਮੇਰੀ 498 ਦੀ ਸੀਗੀ। ਠੀਕ ਹੈ, ਮਤਲਬ 4,98,000 ਦੀ ਤੁਹਾਡੀ ਲੇਟੈਸਟ ਇਨਕਮ ਟੈਕਸ ਰਿਟਰਨ ਭਰੀ ਗਈ ਸੀ ਤੇ 4,95,000 ਦੀ ਤੁਹਾਡੀ ਉਸ ਤੋਂ ਪਿਛਲੀ ਸੀ। ਸੋ ਇਹਦੇ 'ਚ ਸੈਲਰੀ ਦੇ ਨਾਲ ਕੁਛ ਹੋਰ ਪਾਰਟ ਟਾਈਮ ਇਹ ਕੀ ਕਰਦੇ ਸੀ ਜਾਂ ਕਿਸ ਤਰ੍ਹਾਂ ਇੰਨੀ ਇਹਨਾਂ ਦੀ ਇਨਕਮ ਬਣੀ ਹੈ ਉਹ ਤੁਸੀਂ ਫੋਨ ਕਾਲ ਕਰਕੇ ਜਾਂ ਸਾਨੂੰ ਵਿਜ਼ਿਟ ਕਰਕੇ ਵੀ ਪੁੱਛ ਸਕਦੇ ਹੋ ਕਿ ਐਡੀਸ਼ਨਲ ਇਹਨਾਂ ਦੇ ਇਨਕਮ ਸੋਰਸਿਸ ਕੀ ਲਗਾਏ ਗਏ ਸੀ। ਤੇ ਕਰਨ, ਤੁਸੀਂ ਦੱਸੋ ਤੁਹਾਡੀ ਮੈਰਿਜ ਕਦੋਂ ਹੋਈ ਸੀਗੀ? ਮੇਰੀ 16 ਦਸੰਬਰ ਅਤੇ 2019 ਦੇ ਵਿੱਚ ਹੋਈ ਸੀਗੀ ਅਤੇ ਫਾਈਲ ਮੇਰੀ ਦਸੰਬਰ 2020 ਚ ਲੱਗੀ ਸੀਗੀ। ਠੀਕ ਹੈ, ਅਤੇ ਜਦੋਂ ਤੁਹਾਡੀ ਫਾਈਲ ਲੱਗੀ ਸੀ, ਫਾਈਲ ਲੱਗਣ ਤੋਂ ਬਾਅਦ ਤੁਹਾਡੇ ਵਾਈਫ ਨੇ ਇੰਡੀਆ ਵਿਜ਼ਿਟ ਕੀਤਾ ਸੀ? ਹਾਂਜੀ, ਉਹ ਇਸ ਅਕਤੂਬਰ 'ਚ ਹੀ ਆਏ ਨੇ, 2021 ਚ ਆਏ ਨੇ ਅਤੇ ਫੈਬ 'ਚ ਵਾਪਿਸ ਗਏ ਸੀ 3-4 ਮਹੀਨੇ। ਆਲਮੋਸਟ 3-4 ਮਹੀਨੇ ਦੀ ਤੁਹਾਡੀ ਜਿਹੜੀ ਹੈਗੀ ਆ ਉਹ ਸਟੇ ਰਹੀ ਹੈ। ਸਟੇ ਰਹੀ ਹੈ। ਠੀਕ ਹੈ, ਓਵਰਆਲ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਮਤਲਬ ਜਦੋਂ ਫਾਈਲ ਲੱਗੀ ਕੀ ਸੋਚ ਕੇ ਲਾਏ ਸੀ? ਆਲਮੋਸਟ 20 ਮਹੀਨੇ ਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ ਵੀ ਕੋਈ ਸੌਖਾ ਨਹੀਂ ਹੁੰਦਾ ਕਿ ਬੜਾ ਜਲਦੀ ਲੰਘ ਗਿਆ। ਹਾਂਜੀ, ਨਹੀਂ ਪਹਿਲੇ ਵੀ ਬਹੁਤ ਜ਼ਿਆਦਾ ਰੱਖੇ ਆ ਅਤੇ ਡਿਪਰੈਸਡ ਵੀ ਬਹੁਤ ਜ਼ਿਆਦਾ ਰਿਹਾ ਅਤੇ ਫਿਰ ਇਹਨਾਂ ਨੇ ਹੌਸਲਾ ਦੇਣਾ, ਪਾਪਾ ਨੇ ਕਹਿਣਾ ਕਿ ਕੋਈ ਗੱਲ ਨਹੀਂ ਹੋ ਜਾਣਾ ਹੋ ਜਾਣਾ, ਅਤੇ ਤੁਹਾਡੇ ਕੋਲ ਆਉਂਦਾ ਸੀਗਾ, ਤੁਸੀਂ ਬਹੁਤ ਜ਼ਿਆਦਾ ਹੌਸਲਾ ਦਿੱਤਾ ਅਤੇ ਫੋਨ 'ਤੇ ਤੁਸੀਂ ਵੀ ਸਮਝਾਇਆ ਬਹੁਤ ਜ਼ਿਆਦਾ, ਮੈਮ ਨੇ ਬਹੁਤ ਸਮਝਾਇਆ ਅਤੇ ਪੇਸ਼ੈਂਸ ਦੇ ਨਾਲ ਹੀ ਕੰਮ ਹੁੰਦਾ ਜੀ। ਹੋ ਗਿਆ, ਤੁਸੀਂ ਕਹਿੰਦੇ ਸੀ ਹੋ ਜੂੰਗਾ ਹੋਊਂਗਾ, ਹਰ ਵਾਰੀ ਹੋਊਂਗਾ, ਪੋਜ਼ੀਟਿਵ ਸੋਚੋ ਤਾਂ ਹੋਊਂਗਾ ਹੀ ਹੋਊਂਗਾ, ਪਰ ਪੋਜ਼ੀਟਿਵ ਹੀ ਹੋਇਆ ਅਤੇ ਹੋਇਆ 20 ਮਹੀਨੇ ਬਾਅਦ ਹੋਇਆ, ਮਗਰ ਵਧੀਆ ਹੋਇਆ। ਠੀਕ ਹੈ ਸਰ, ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਆ, ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ, ਕਿੱਦਾਂ ਕਿੱਦਾਂ ਪ੍ਰੋਸੈਸ ਚੱਲਿਆ ਅਤੇ ਹੁਣ ਤੱਕ ਇਹਨੂੰ ਕਿੱਦਾਂ ਦੇ? ਮੇਰਾ ਇੱਕ ਵੱਖਰਾ ਐਕਸਪੀਰੀਅੰਸ ਮੰਨ ਜਾਏਗਾ। ਮੇਰਾ ਬੇਟਾ ਹੈ ਬਹੁਤ ਜ਼ਿਆਦਾ ਸੈਂਸਿਟਿਵ ਹੈ, ਜਦੋਂ ਇਹਦਾ ਸਪੋਸ ਵੀਜ਼ਾ ਲਗਾਉਣਾ ਸੀ ਇਹ ਬਹੁਤ ਟੈਨਸ਼ਨ ਸੀਗਾ, ਪਾਪਾ ਆਪਾਂ ਕਿਸੇ ਅੱਛੇ ਕੰਸਲਟੈਂਟ ਕੋਲ ਜਾਣਾ, ਪੈਸੇ ਦੀ ਪਰਵਾਹ ਆਪਾਂ ਕਰਨੀ, ਪੈਸੇ ਦੇ ਨਾ ਮੈਂ ਲੱਗ ਜਾਣ, ਪਰ ਕੰਸਲਟੈਂਟ ਬੰਦਾ ਵਧੀਆ ਹੋਵੇ ਜਿਹੜਾ ਸਾਨੂੰ ਸਹੀ ਰਾਹ ਪਾ ਦੇਵੇ। ਉਸ ਦੌਰਾਨ ਮੈਂ ਇਹਦੇ ਨਾਲ ਚੰਡੀਗੜ੍ਹ 2-3 ਕੰਸਲਟੈਂਟਸ ਹੋ ਗਿਆ ਔਰ ਉਹਨਾਂ ਨੇ ਮੈਨੂੰ ਕਾਫੀ ਮੈਨੂੰ ਡਰਾਇਆ ਵੀ, ਮੈਨੂੰ ਉਹਨਾਂ ਨੇ ਬਹੁਤ ਜ਼ਿਆਦਾ ਪੈਸੇ ਵੀ ਬਹੁਤ ਜ਼ਿਆਦਾ ਉਹਨਾਂ ਨੇ ਮੰਗੇ। ਫਿਰ ਉਹਨੇ ਲੁਧਿਆਣੇ ਫਿਰੋਜ਼ਪੁਰ ਦੀ ਮਾਰਕੀਟ ਵਿੱਚ ਜਿਹੜੇ ਬੜੇ ਬੜੇ ਬਿਲਡਿੰਗਸ 'ਚ ਬੈਠੇ ਆ ਕੰਸਲਟੈਂਟਸ, ਉਹਨਾਂ ਨਾਲ ਵੀ ਮੈਂ ਇਹਨਾਂ ਜਾ ਕੇ ਮਿਲਿਆ ਔਰ ਇੱਕ ਜਗ੍ਹਾ 'ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਮੈਂ ਤੁਹਾਨੂੰ 3 ਲੱਖ ਰੁਪਇਆ ਦਿਓ, ਤੁਹਾਡਾ ਕੇਸ ਜਿਹੜਾ ਨਾ ਥੋੜ੍ਹਾ
ਬੜੇ ਸਾਹਮਣਾ ਪਾਉਣਾ ਪੈਣਾ ਹੈ, ਇਹ ਹੈ ਉਹ ਹੈ, ਬੇਟੀ ਥੋੜ੍ਹਾ ਕੰਪਲੀਕੇਟਿਡ ਕੇਸ, ਤੁਹਾਡੀ ਬੇਟੀ ਘੱਟ ਲਈ ਤੁਹਾਡੇ ਕੋਲ ਘੱਟ ਲੈ ਕੇ ਗਈ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਇਹ ਉੱਥੇ ਪੈਸੇ ਦੇ ਉਹਨੂੰ ਪਿਆਰ ਹੋ ਗਿਆ। ਮੈਂ ਉਹਨੂੰ ਕਿਹਾ ਬੇਟੇ ਪੈਸੇ ਰੁਕ ਜਾ, ਥੋੜ੍ਹਾ ਜਿਹਾ ਪੇਸ਼ੈਂਸ ਰੱਖ, ਆਪਾਂ ਦੇਖਦੇ ਹਾਂ ਹੁਣ ਗੱਲ ਨਹੀਂ। ਫਿਰ ਇੱਕ ਦਿਨ ਰਾਤ ਨੂੰ ਮੈਂ ਸਿਖਾਈ, ਰਾਤ ਨੂੰ ਲੱਗੇ ਰਹਿਣਾ ਖੋਲ੍ਹਦੇ ਹੋ ਫੇਸਬੁੱਕ 'ਤੇ, ਗੂਗਲ 'ਤੇ ਕਿ ਸਟਾਰ ਕਿੰਨੇ ਕਿਹੜੇ ਸਟਾਰ ਹੈ। ਇਹਨੇ ਕੀ ਕਹਿੰਦਾ ਬਾਬਾ, ਕਹਿੰਦਾ BSBW ਵਾਲੇ ਕੋਈ ਇਹ ਉੱਥੇ ਜਾ ਕੇ ਦੇਖੀਏ। ਅਤੇ ਉਸ ਤੋਂ ਪਹਿਲਾਂ ਮੈਂ ਨਹੀਂ ਕਦੇ ਆਇਆ ਸੀ ਇੱਥੇ, ਅਤੇ ਅਸੀਂ ਸਵੇਰੇ ਆਏ, ਸਾਨੂੰ ਤੁਹਾਨੂੰ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ, ਤੁਸੀਂ ਸਾਨੂੰ ਬੜੇ ਪਿਆਰ ਨਾਲ ਔਰ ਬੜੇ ਢੰਗ ਨਾਲ ਸਮਝਾਇਆ ਵੀ ਕੋਈ ਐਸੀ ਗੱਲ ਨਹੀਂ ਹੈ, ਕੋਈ ਚੀਜ਼ ਕੰਪਲੀਕੇਟਡ ਨਹੀਂ ਹੁੰਦੀ, ਸਿੱਖ ਉਹਦੀ ਪ੍ਰੈਜੈਂਟੇਸ਼ਨ ਹੁੰਦੀ ਹੈ, ਆਪਾਂ ਕਿਵੇਂ ਪ੍ਰੈਜੈਂਟੇਸ਼ਨ ਕਰਨੀ ਹੁੰਦੀ। ਸੋ ਤੁਸੀਂ ਮੈਨੂੰ ਸਾਰੀਆਂ ਪਿਕਸ ਵਗੈਰਾ ਜੋ ਡਾਕੂਮੈਂਟ ਮਤਲਬ ਤੁਸੀਂ ਮੰਗੇ ਮੈਂ ਤੁਹਾਨੂੰ ਸਾਰੇ ਉਹ ਦੇ ਦਿੱਤੇ। ਪਰ ਅੰਦਰੋਂ ਹੀ ਅੰਦਰ ਮੇਰਾ ਅੰਦਰ ਇੱਕ ਸਕੂਨ ਜਿਹਾ ਮੈਨੂੰ ਮਹਿਸੂਸ ਹੋਇਆ ਕਿ ਇਹ ਬੰਦਾ ਲਾਲਚੀ ਨਹੀਂ ਹੈ, ਇਹ ਬੰਦਾ ਕੰਮ ਕਰਨ ਵਾਲਾ ਬੰਦਾ ਹੈ, ਔਰ ਇਸ ਬੰਦੇ ਨੂੰ ਅੰਦਰੋਂ ਦੀ ਨੌਲੇਜ ਹੈ ਪੂਰੀ, ਔਰ ਮੇਰਾ ਬੇਟਾ ਵੀ ਸੈਟਿਸਫਾਈ ਹੋ ਗਿਆ। ਬਟ ਅਨਫੋਰਚੁਨੇਟਲੀ ਕੋਵਿਡ ਸ਼ੁਰੂ ਹੋ ਗਿਆ, ਕੋਈ ਫਾਈਲ ਨਹੀਂ, ਕੋਈ ਜਵਾਬ ਨਹੀਂ, ਕੋਈ ਕੁਛ ਨਹੀਂ। 14 ਸਤੰਬਰ ਨੂੰ 2021 ਨੂੰ ਇਹਦਾ ਜਾ ਕੇ ਬਾਇਓਮੈਟ੍ਰਿਕਸ ਆਇਆ, 14 ਸਤੰਬਰ ਨੂੰ ਜਦੋਂ ਬਾਇਓਮੈਟ੍ਰਿਕਸ ਆਇਆ ਮੈਂ ਬੜਾ ਖੁਸ਼ ਹੋਇਆ ਵੀ ਸ਼ੁਕਰ ਹੈ ਇੰਨੇ ਮਹੀਨੇ ਬਾਅਦ ਬਾਇਓਮੈਟ੍ਰਿਕਸ ਦਾ ਆਇਆ। ਮਤਲਬ ਉਸ ਦਿਨ ਮੈਂ ਅੱਖਾਂ 'ਚ ਮੰਜੂ ਆ ਗਏ, ਮੈਂ ਬੇਟੇ ਨੂੰ ਫੋਨ ਕੀਤਾ, ਬੇਟੇ ਤੇਰਾ ਬਾਇਓਮੈਟ੍ਰਿਕਸ ਆ ਗਿਆ, ਅਤੇ ਉਹ ਮੇਰੇ ਵਾਸਤੇ ਬਹੁਤ ਖੁਸ਼ੀ ਦੇ ਕਿਰਨ ਸੀ। ਉਹ ਵਾਲੇ ਅਸੀਂ ਬੰਬੇ ਬਾਇਓਮੈਟ੍ਰਿਕਸ ਕਰਾ ਕੇ ਆਏ, ਉਸ ਤੋਂ ਬਾਅਦ ਮੈਡੀਕਲ ਨਾ ਆਵੇ, ਇਹ ਕੁਛ ਡਿਪਰੈਸ ਰਹਿਣ ਲੱਗ ਪਿਆ, ਡਿਪਰੈਸ ਰਹਿਣ ਲੱਗ ਪਿਆ, ਸਾਧਨ ਪਏ ਰਹਿਣਾ, ਬਾਹਰ ਨਹੀਂ ਨਿਕਲਣਾ, ਇਸ ਨਾਲ ਗੱਲ ਨਹੀਂ ਕਰਨੀ, ਔਰ ਮੈਂ ਤੁਹਾਨੂੰ ਆ ਗਿਆ ਨਾ ਸੁਣੀ ਜੀ ਕੁਛ ਦੇਖੋ, ਕੁਛ ਕਰੋ, ਕੁਛ ਹੱਲ ਕਰੋ, ਕੁਛ ਕਿੱਦਾਂ ਹੁੰਦੀ ਹੈ। ਤੁਸੀਂ ਮੈਨੂੰ ਕੋਈ ਗੱਲ ਕਹਿਣੀ ਕਿ ਮੈਂ ਨਹੀਂ ਕੁਛ ਕਰ ਸਕਦਾ, ਤੁਸੀਂ ਨਹੀਂ ਕੁਛ ਕਰ ਸਕਦੇ, ਯੂ ਜਸਟ ਪ੍ਰੇ ਟੂ ਗੋਡ ਔਰ ਜਾ ਕੇ ਬੇਨਤੀ ਕਰੋ, ਹੋ ਜਾਣਾ, ਔਰ ਪੋਜ਼ਿਟਿਵ ਰਹੋ, ਪੋਜ਼ਿਟਿਵ ਰਹੋਗੇ ਤੁਹਾਡਾ ਪੋਜ਼ਿਟਿਵ ਹੀ ਰਿਜ਼ਲਟ ਆਏਗਾ। ਚਲੋ ਮਜ਼ਦਾਰੀ ਮੈਡਮ ਸੀਗੇ, ਉਹਨਾਂ ਨੇ ਵੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ, ਅਸੀਂ ਆਪਸ ਕਿਸੇ ਵਾਰ ਗੁੱਸੇ ਵੀ ਹੋਏ ਕਿ ਮੇਰਾ ਇੱਦਾਂ ਰਹਿ ਗਿਆ, ਮੈਂ ਇੰਨਾ ਲੇਟ ਹੋ ਗਿਆ, ਬਟ ਉਹ ਗੁੱਸਾ ਉਹ ਟੈਂਪਰੇਰੀ ਹੁੰਦਾ, ਥੋੜ੍ਹੇ ਦਿਨ ਦਾ ਹੁੰਦਾ। ਅਤੇ ਆਫਟਰ ਆਲ ਇਹਦਾ ਫਿਰ ਮੈਡੀਕਲ ਹੋ ਗਿਆ, ਮੈਡੀਕਲ ਤੋਂ ਬਾਅਦ ਫਿਰ ਮੈਨੂੰ ਇਹ ਉਮੀਦ ਹੋ ਗਈ ਵੀ ਜੋ ਮੈਡੀਕਲ ਹੋ ਗਿਆ ਵੀ ਹੁਣ ਮਾਲਕ ਤੁਹਾਡੇ ਸੁਣ ਲਏਗਾ, ਔਰ ਉਸ ਤੋਂ ਬਾਅਦ ਇਹਦੇ ਜਾ ਕੇ ਡਾਕੂਮੈਂਟ ਰਿਕੁਐਸਟ ਆ ਗਈ, ਇਸ ਅੱਠ ਨੂੰ ਡਾਕੂਮੈਂਟ ਰਿਕੁਐਸਟ ਆ ਗਈ, 12 ਅਗਸਤ ਜੋ ਜੋ ਅਸੀਂ ਡਾਕੂਮੈਂਟਸ ਪਹਿਲਾਂ ਦਿੱਤੇ ਸੀਗੇ ਉਹਨਾਂ ਨੇ ਉਹ ਵਾਪਸ ਦੁਬਾਰਾ ਫਿਰ ਮੰਗ ਲਏ, ਫੋਟੋਸ ਮੰਗ ਲਈਆਂ, ਹੋਰ ਡਾਕੂਮੈਂਟਸ ਜਿਹੜੇ ਫਾਈਨੈਂਸ਼ੀਅਲ ਦੇ ਸੀ ਉਹ ਮੰਗ ਲਏ, ਉਹ ਸਾਰੇ ਡਾਕੂਮੈਂਟਸ ਰੱਬ ਦੀ ਕਿਰਪਾ ਦੇ ਨਾਲ ਸਾਡੇ ਕੋਲ ਪਏ ਸੀ, ਹੈਗੇ ਸੀਗੇ, ਜਾਂ ਉਸ ਵਜੋਂ ਬੇਟੀ ਇੱਥੇ ਆਈ ਬੇਟੀ ਉਦੋਂ ਕਰਵਾ ਚੌਥ ਸਾਡੇ ਰੱਬ ਦੀ ਕਿਰਪਾ ਨਾਲ, ਉਹ ਕਰਵਾ ਚੌਥ ਦੀ ਫੋਟੋਆਂ, ਦੀਵਾਲੀ ਸੈਲੀਬ੍ਰੇਟ ਕੀਤੀ ਉਹਦੀਆਂ ਫੋਟੋਆਂ, ਪਲੱਸ ਕੁਦਰਤੀ ਉਹਦਾ ਬਰਥਡੇ ਵੀ ਇਨ ਬਿਟਵੀਨ ਆਇਆ, ਅਸੀਂ ਉਹ ਵੀ ਸੈਲੀਬ੍ਰੇਟ ਕੀਤਾ, ਉਹਦੀਆਂ ਹੀ ਫੋਟੋਆਂ। ਮਤਲਬ ਜੋ ਜੋ ਅਸੀਂ ਫੰਕਸ਼ਨਸ ਕੀਤੇ ਆ ਘਰੇ ਆ ਜਾਂ ਰਿਸ਼ਤੇਦਾਰੀ 'ਚ ਗਏ ਹਾਂ ਉਹ ਸਾਰੇ ਕਲਿੱਪ ਲੈਂਦੇ ਰਹੇ ਉਹਦੇ ਨਾਲ, ਔਰ ਇਹਨਾਂ ਦੀ ਜਿਹੜੀ ਚੈਟ ਹੈ ਉਹਦਾ ਇੰਤਹਾ ਸੀ ਨਾ, ਜਿਹੜੇ ਉਹਨਾਂ ਦੀ ਸਕਰੀਨ ਸ਼ੋਟ ਸੀਗੇ ਬੇਸਾਬ, ਉਹ ਸਾਰੇ ਲਾ ਕੇ ਆਪਾਂ ਜਿਹੜਾ ਤੁਸੀਂ ਕਿਸ ਦੱਸਿਆ ਸਾਨੂੰ, ਉਹ ਫਿਰ ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਖੁਸ਼ੀ ਦਾ ਮੌਕਾ ਆਇਆ, ਸਮਾਂ ਆਇਆ, ਸਤਿਗੁਰੂ ਨੇ ਸਾਨੂੰ ਇਹ ਦਿਨ ਦਿਖਾਇਆ। ਅਸੀਂ ਤੁਹਾਡੇ ਤਾਂ ਹੈ ਮਸ਼ਹੂਰ ਹੈ, ਸਤਿਗੁਰੂ ਦੇ ਮਸ਼ਹੂਰ ਹੈ, ਤੁਹਾਡੇ ਬਹੁਤ ਮਸ਼ਹੂਰ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਇੰਨੀ ਲਗਨ ਦੇ ਨਾਲ। ਮੈਂ ਕਹਿੰਦਾ ਤੁਸੀਂ ਮੇਰਾ ਕੇਸ ਐਵੇਂ ਦੇਖਿਆ ਕਿ ਜਿਵੇਂ ਆਪਣੇ ਛੋਟੇ ਭਰਾ ਦਾ ਕੇਸ ਦੇਖਦੇ ਹੁੰਦੇ ਹੋ ਜਾਂ ਬੇਟੇ ਦਾ ਦੇਖਦੇ ਹੁੰਦੇ ਹੋ, ਇਸ ਤਰ੍ਹਾਂ ਦਾ ਮਤਲਬ ਕਿ ਮੈਂ ਆਮ ਨਹੀਂ ਦੇਖੇ। ਥੈਂਕ ਯੂ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਉਸ ਮਾਤਾ ਦਾ ਸ਼ੁਕਰਗੁਜ਼ਾਰ ਹੈ ਜੀ, ਔਰ ਅੱਜ ਮੇਰਾ ਬੱਚਾ ਜੇ ਇੰਨਾ ਖੁਸ਼ ਹੈ, ਇੰਨਾ ਜੇ ਇਹਦੇ ਅੰਦਰ ਸਮਾਈ ਨਹੀਂ ਆ ਰਹੀ ਖੁਸ਼ੀ ਦੇ ਅੰਦਰ, ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ, ਤੁਹਾਡੀ ਪੂਰੀ ਟੀਮ ਦਾ ਰੋਲ ਹੈ। ਬਿਲਕੁਲ ਜੀ, ਟੀਮ ਦਾ ਰੋਲ ਹੈ, ਟੀਮ ਐਫਰਟ ਸਾਰੀ ਟੀਮ ਦੇ ਹੁੰਦੇ ਹੈ, ਅਤੇ ਬਾਕੀ ਟਰੱਸਟ ਵੀ ਹੁੰਦਾ ਕਿ ਤੁਸੀਂ ਕੰਮ ਕਰਵਾ ਰਹੇ ਹੋ, ਤੁਹਾਡਾ ਸਾਡੇ 'ਤੇ ਟਰੱਸਟ, ਅਤੇ ਜਿਹੜੇ ਰਿਜ਼ਲਟ ਸਾਨੂੰ ਮਾਲਕ ਦੀ ਕਿਰਪਾ ਨਾਲ ਦੇਖਣ ਨੂੰ ਮਿਲ ਰਹੇ ਹੈ, ਇਹ ਸਾਰਾ ਉਹਨਾਂ ਦੀ ਵਜ੍ਹਾ ਕਰਕੇ ਜੀ, ਇਹ ਤੁਹਾਡੇ ਲੋਕਾਂ ਦਾ ਟਰੱਸਟ ਹੈ ਸਾਡੇ 'ਤੇ। ਸੁਨੀਲ ਜੀ, ਮੈਨੂੰ ਬੜੇ ਬੰਦਿਆਂ ਨੇ ਇਹ ਗੱਲ ਕਹੀ, ਤੂੰ ਕਿੱਥੇ ਫਸ ਗਿਆ, ਬਹੁਤ ਲੰਬਾ ਹੋ ਗਿਆ ਤੇਰਾ, ਤੂੰ ਤੂੰ ਮੈਨੂੰ ਦੱਸ, ਤੈਨੂੰ ਮੈਨੂੰ ਦੱਸ ਦਿੰਦਾ। ਮੈਂ ਕਿਹਾ ਯਾਰ ਮੈਂ ਜਿਸ ਬੰਦੇ ਨੂੰ ਮਿਲਿਆ ਤੁਸੀਂ ਉਹਨੂੰ ਨਹੀਂ ਜਾਣਦੇ, ਔਰ ਮੈਨੂੰ 1000% ਟਰੱਸਟ ਹੈ, ਔਰ ਮੇਰਾ ਵੀਜ਼ਾ ਆਏਗਾ ਬੇਟੇ ਦਾ, ਇਹ ਗੱਲ ਕਨਫਰਮ ਹੋ ਗਿਆ, ਔਰ ਉਸ ਤਰ੍ਹਾਂ ਹੀ ਹੋਇਆ। ਅੱਜ ਉਹ ਬੰਦੇ ਮੈਨੂੰ ਅੱਜ ਉਹ ਬੰਦੇ ਨੂੰ ਪੁੱਛ ਮੈਨੂੰ ਪੁੱਛਦੇ ਬੰਦੇ ਮੈਨੂੰ ਪੁੱਛਦੇ ਆ, ਮੈਨੂੰ ਨਾਮ ਦੱਸਿਆ, ਮੈਂ ਵੀ ਕਿਸੇ ਦਾ ਕੰਮ ਕਰਾਉਣਾ ਹੈ, ਮੈਨੂੰ ਪੁੱਛਦੇ ਬੰਦੇ ਉਹ ਇਫੈਕਟ ਹੈ,
ਮੈਨੂੰ ਪੁੱਛਦੇ ਯਾਰ ਫਿਰ ਮੈਂ ਜਦੋਂ ਨਾਂ ਲੈਂਦਾ PSBW ਦਾ ਜਸਪਿੰਦਰ ਭਾਈ ਤੁਹਾਡੀ ਮੁਰਾਦ ਪੂਰੀ ਹੋ ਜਾਣੀ ਜਾ ਕੇ ਇੱਕ ਚੀਜ਼ ਮੈਂ ਵਿੱਚੋਂ ਛੋਟੀ ਜਿਹੀ ਪੁੱਛਣਾ ਚਾਹੁੰਗਾ ਕਿ ਇੱਕ ਟਾਈਮ ਪੀਰੀਅਡ ਦੇ ਤੁਸੀਂ MP ਵੱਲੋਂ ਇੱਕ ਲੈਟਰ ਵੀ ਲਿਖਵਾ ਕੇ ਕੋਈ ਐਮਬੈਸੀ ਨੂੰ ਬੇਟੀ ਕਰੋ ਹਾਂਜੀ ਬੇਟੀ ਕਰੋ ਮੈਨੂੰ ਬੇਟੀ ਦਾ ਫੋਨ ਆਇਆ ਕਹਿੰਦੇ ਪਾਪਾ ਵੀ ਇੱਥੇ MP ਰਿਕੁਐਸਟ ਪਾਉਂਦੇ ਆਪਾਂ ਹਾਂਜੀ ਅਸੀਂ ਉਹ MP ਰਿਕੁਐਸਟ ਹੀ ਪਾਈ ਅਤੇ ਉਸ MP ਰਿਕੁਐਸਟ ਤੋਂ ਬਾਅਦ ਵੀ ਸਾਡਾ ਕੋਈ ਹਜੇ ਕੋਈ ਖਾਸ ਉਹਦਾ ਗੇਂਜੂ ਨਹੀਂ ਹੋਈ ਮੁਲਕੀ ਠੀਕ ਹੈ ਉਹਨਾਂ ਨੇ ਸਾਨੂੰ ਦੱਸ ਦਿੱਤਾ ਵੀ ਬਟ ਰਿਜ਼ਲਟ ਨਾਲ ਸਾਡਾ ਕੋਈ ਅਸਰ ਨਹੀਂ ਹੋਇਆ ਬਟ ਇਹ ਜਦੋਂ ਸਾਡਾ ਮੈਡੀਕਲ ਦਾ ਅਪਡੇਟ ਹੋਇਆ ਉਸ ਤੋਂ ਬਾਅਦ ਸਪੀਡੀ ਕੰਮ ਚੱਲਿਆ ਔਰ ਅਸੀਂ ਇਸ ਕੰਮ 'ਚ ਸਫਲ ਹੋਏ ਅੱਜ ਮੈਂ ਇੱਕ ਚੀਜ਼ ਵਿਊਅਰਸ ਨੂੰ ਹੋਰ ਦੱਸ ਦੇਣਾ ਚਾਹੁੰਦਾ ਕਿ ਜਦੋਂ ਸੈਕਿੰਡ ਟਾਈਮ ਮੈਡੀਕਲ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਰਿਕੁਐਸਟ ਲੈਟਰ ਆਈ ਹੈ ਤਾਂ ਉਹਦੇ ਵਿੱਚ ਡਾਕੂਮੈਂਟ ਉਹਨਾਂ ਨੇ ਇਕੱਲੇ ਫਾਈਨੈਂਸਿਸ ਨਹੀਂ ਫਾਈਨੈਂਸਿਸ ਵੀ ਮੰਗੇ ਸੀ ਰਿਲੇਸ਼ਨਸ਼ਿਪ ਪਰੂਫ ਜੈਨੂਇਨਿਟੀ ਦੇ ਪਰੂਫ ਉਹਨਾਂ ਨੇ ਮੰਗੇ ਤੇ ਇਕੱਠੇ ਕਿੰਨਾ ਟਾਈਮ ਸਪੈਂਡ ਕੀਤਾ ਉਹਦੇ ਪਰੂਫ ਮੰਗੇ ਤੇ ਉਸ ਟਾਈਮ ਪੀਰੀਅਡ ਦੇ ਵਿੱਚ ਕੀ ਸੀ ਇਹਨਾਂ ਦੇ ਵਾਈਫ ਦਾ ਜਿਹੜਾ ਵੀਜ਼ਾ ਹੈ ਉਹਨਾਂ ਨੇ ਐਕਸਟੈਂਸ਼ਨ ਪਾਈ ਹੋਈ ਸੀ ਕਿਉਂਕਿ ਉਹਨਾਂ ਦਾ ਸਟੱਡੀ ਪੀਰੀਅਡ ਇੱਕ ਵਾਰ ਹਾਂਜੀ ਉਹਨਾਂ ਦਾ ਸਟੱਡੀ ਪੀਰੀਅਡ ਓਵਰ ਹੋ ਗਿਆ ਸੀ ਤੇ ਉਹਨਾਂ ਨੇ ਐਕਸਟੈਂਸ਼ਨ ਪਾਈ ਹੋਈ ਸੀ ਤੇ ਉਸ ਟਾਈਮ ਪੀਰੀਅਡ ਦੇ ਵਿੱਚ ਹੀ ਉਹਨਾਂ ਦਾ ਵੀਜ਼ਾ ਐਕਸਟੈਂਡ ਹੋ ਕੇ ਆਇਆ ਸੀ ਆਲਮੋਸਟ 1.5 ਸਾਲ ਦਾ ਵੀਜ਼ਾ ਉਹਨਾਂ ਦਾ ਐਕਸਟੈਂਡ ਹੋ ਕੇ ਆ ਗਿਆ ਸੀ ਤੇ ਉਹ ਵੀ ਅਸੀਂ ਨਾਲ ਹੀ ਸਬਮਿਟ ਕਰਤਾ ਸੀ ਤੇ ਉਸ ਤੋਂ ਬਾਅਦ 4 ਜਾਂ 5 ਦਿਨ ਬਾਅਦ ਜਿਸ ਦਿਨ ਆਪਾਂ ਸਟੱਡੀ ਵੀਜ਼ਾ ਉਹਦਾ ਐਕਸਟੈਂਡ ਹੋ ਕੇ ਆਇਆ ਜਿਸ ਦਿਨ ਡਾਕੂਮੈਂਟ ਰਿਕੁਐਸਟ ਆਈ ਹੈ ਉਸ ਤੋਂ ਨੈਕਸਟ ਡੇ ਉਹਦਾ ਐਕਸਟੈਂਡ ਹੋ ਕੇ ਆ ਗਿਆ 8 ਨੂੰ ਆਈ ਹੈ 9 ਨੂੰ ਸ਼ੁਕਰ ਹੋ ਗਿਆ ਵੀ ਹਾਂਜੀ 8 ਨੂੰ ਇਹਨਾਂ ਦੀ ਡਾਕੂਮੈਂਟ ਰਿਕੁਐਸਟ ਲੈਟਰ ਆਉਂਦੀ ਹੈ ਔਰ 9 ਨੂੰ ਇਹਨਾਂ ਦੇ ਵਾਈਫ ਦਾ ਵੀਜ਼ਾ ਐਕਸਟੈਂਡ ਹੋ ਕੇ ਆ ਜਾਂਦਾ ਤੇ 12 ਨੂੰ ਤੁਹਾਨੂੰ ਪਾਸਪੋਰਟ ਰਿਕੁਐਸਟ ਲੈਟਰ ਆਉਂਦੀ ਹੈ ਪਾਸਪੋਰਟ ਇਹਨਾਂ ਦਾ ਪਾਸਪੋਰਟ ਰਿਕੁਐਸਟ ਲੈਟਰ ਆ ਜਾਂਦੀ ਹੈ ਇੱਕ ਛੋਟੀ ਚੀਜ਼ ਜਿਹੜੀ ਮੈਂ ਪੁੱਛਣੀ ਤੁਹਾਨੂੰ ਭੁੱਲ ਗਿਆ ਕਿ ਜਿਹੜੇ ਤੁਸੀਂ ਫੰਡ ਦਿਖਾਏ ਸੀ ਉਹ ਬਹੁਤ ਸਾਰੇ ਸਟੂਡੈਂਟ ਨੂੰ ਇਹ ਹੁੰਦਾ ਹੈ ਉਹਨਾਂ ਦੇ ਇੱਕ ਮਿਥ ਬਣਿਆ ਹੋਇਆ ਦਿਮਾਗ ਦੇ ਵਿੱਚ ਕਿ ਫੰਡ ਲਿਕੁਇਡ ਫਾਰਮ ਦੇ ਵਿੱਚ ਸੇਵਿੰਗਸ ਦੇ ਫੰਡ ਜ਼ਿਆਦਾ ਹੋਣੇ ਚਾਹੀਦੇ ਆ FD ਦੇ ਫਾਰਮ ਦੇ ਵਿੱਚ ਫੰਡ ਨਹੀਂ ਹੋਣੇ ਚਾਹੀਦੇ ਤੁਹਾਡੇ ਫੰਡ ਕਿਸ ਤਰ੍ਹਾਂ ਸੀ ਮੇਰੀ 4 ਲੱਖ ਦੀ FD ਸੀ ਜੀ ਤੇ 3,96,000 ਮੇਰੇ ਲਿਕੁਇਡ ਸੀਗੀ4 ਲੱਖ 3,96,000 ਉਹ ਬਥੇਰੇ ਹੁੰਦਾ ਰਿਹਾ ਬਟ ਅਸੀਂ ਨੇੜੇ ਰੱਖਿਆ 4 ਲੱਖ ਰੱਖਿਆ ਸੋ ਇੱਥੋਂ ਇਹ ਵੀ ਚੀਜ਼ ਕਲੀਅਰ ਹੁੰਦੀ ਹੈ ਕਿ ਮੈਂ ਅਕਸਰ ਕਹਿਣਾ ਹੁੰਦਾ ਕਿ FD ਆਪਾਂ ਹਮੇਸ਼ਾ ਉਹਨਾਂ ਪੈਸਿਆਂ ਦੀ ਕਰਾਉਂਦੇ ਹਾਂ ਕਿ ਜਿਹੜੇ ਪੈਸੇ ਸਾਨੂੰ ਨੇੜੇ ਫਿਊਚਰ 'ਚ ਸਾਨੂੰ ਲੱਗਦਾ ਕਿ ਸਾਨੂੰ ਹਲੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਉਹ ਪੈਸੇ ਅਸੀਂ FD ਕਰਾ ਦਿੰਦੇ ਹਾਂ ਸੋ ਵੀਜ਼ਾ ਆਫੀਸਰ ਵੀ ਉਹਨੂੰ ਉਸੇ ਤਰੀਕੇ ਲੈਂਦਾ ਜ਼ਰੂਰੀ ਨਹੀਂ ਹੈ ਕਿ ਸਾਰੇ ਦੇ ਸਾਰੇ ਫੰਡ ਸਾਨੂੰ ਸੇਵਿੰਗ ਦੇ ਵਿੱਚ ਹੀ ਦਿਖਾਉਣੇ ਸੋ ਅੱਜ ਦੇ ਲਈ ਇੰਨਾ ਹੀ ਥੈਂਕ ਯੂ ਸੋ ਮੱਚ ਹੋਰ ਕੋਈ ਬਿਲਡਿੰਗ ਦਾ ਪਰੂਫ ਕੋਈ ਪ੍ਰੋਪਰਟੀ ਦਾ ਪਰੂਫ ਨਹੀਂ ਲਾਇਆ ਆਪਾਂ ਨਾਲ ਹਾਂਜੀ ਕੋਈ ਨਾਲ ਨਹੀਂ ਲਾਇਆ ਕੋਈ ਮਤਲਬ ਨਾਲ ਪਰੂਫ ਲਾਉਣਾ ਸੀਗਾ ਪ੍ਰੋਪਰਟੀ ਦਾ ਹੈ ਕਰਨਾ ਸੀਗਾ ਕੋਈ ਲਾਇਆ ਬਹੁਤ ਵਧੀਆ ਪੁਆਇੰਟ ਇਹਨਾਂ ਨੇ ਚੱਕਿਆ ਕਿ ਅਕਸਰ ਇਹ ਚੀਜ਼ ਕਹਿ ਦਿੱਤੀ ਜਾਂਦੀ ਹੈ ਕਿ ਤੁਸੀਂ ਉਹ CA ਰਿਪੋਰਟ ਲਾਓ ਡਾਕੂਮੈਂਟੇਸ਼ਨ ਵੈਲਿਊਏਸ਼ਨ ਕਰਾ ਕੇ ਲਾਓ ਵੀ ਇੰਨੇ ਅਮਾਊਂਟ ਦੇ ਸਾਡੇ ਕੋਲ ਪ੍ਰੋਪਰਟੀ ਹੈ ਮੈਂ ਅਕਸਰ ਇਹ ਚੀਜ਼ ਕਹਿਣਾ ਹੁੰਦਾ ਕਿ ਵੈਲਿਊਏਸ਼ਨ ਉਸ ਚੀਜ਼ ਦੀ ਲਗਾਓ ਜੋ ਉਸ ਕੈਂਡੀਡੇਟ ਦੇ ਨਾਮ ਤੇ ਹੈ ਸਪੋਜ਼ ਕਰਨ ਅਪਲਾਈ ਕਰ ਰਿਹਾ ਅਗਰ ਕਰਨ ਦੇ ਨਾਮ ਤੇ ਕੋਈ ਪ੍ਰੋਪਰਟੀ ਹੁੰਦੀ ਹੈ ਕਰਨ ਦੇ ਨਾਮ ਤੇ ਕੋਈ ਮਸ਼ੀਨਰੀ ਪਲਾਂਟ ਕੁਛ ਹੁੰਦਾ ਤਾਂ ਆਪਾਂ ਉਹਦੀ ਵੈਲਿਊਏਸ਼ਨ ਕਰਵਾ ਕੇ ਲਗਾ ਦਿੰਦੇ ਕਿਉਂਕਿ ਕੇਸ ਕਰਨ ਦਾ ਲੱਗਦਾ ਪਿਆ ਹੁਣ ਵੈਲਿਊਏਸ਼ਨ ਪ੍ਰੋਪਰਟੀ ਵਗੈਰਾ ਸਾਰੀ ਕਰਨ ਦੇ ਫਾਦਰ ਦੇ ਨਾਮ ਤੇ ਉਹ ਤਾਂ ਟਰੈਵਲ ਹੀ ਨਹੀਂ ਕਰ ਰਹੇ ਉਹ ਤਾਂ ਆਲਰੇਡੀ ਇੱਥੇ ਹੈ ਸੋ ਇਹ ਜਿਹੜੇ ਮੈਂ ਇਸ ਵੀਡੀਓ ਦੇ ਥਰੂ ਇਹ ਤੁਹਾਨੂੰ ਲਾਇਵ ਕੇਸ ਦਿਖਾ ਕੇ ਮੈਂ ਇਹ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਮਿਥ ਬੱਚਿਆਂ ਦੇ ਮਾਇੰਡ ਦੇ ਵਿੱਚ ਕਨਫਿਊਜ਼ਨ ਜਿਹੜੀਆਂ ਹੁੰਦੀਆਂ ਹੈ ਕੈਂਡੀਡੇਟਸ ਦੇ ਉਹ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਫਿਰ ਵੀ ਤੁਹਾਡੀ ਕੋਈ ਕੁਐਰੀ ਰਹਿ ਜਾਂਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ ਜਾਂ ਸਾਡੇ ਆਫਿਸਿਸ ਵਿਜ਼ਿਟ ਕਰਕੇ ਵੀ ਤੁਸੀਂ ਆਪਣੀਆਂ ਕੁਐਰੀਜ਼ ਕਲੀਅਰ ਕਰ ਸਕਦੇ ਹੋ ਸੋ ਅੱਜ ਦੇ ਲਈ ਇੰਨਾ ਹੀ ਨਵਾਂ ਕੇਸ ਸਟੱਡੀ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਥੈਂਕ ਯੂ ਸੋ ਮੱਚ ਸ਼ੁਕਰੀਆ ਜੀ ਧੰਨਵਾਦ